ਪਾਵਰ ਕਲੋਨੀ ਮਜੀਠਾ ਰੋਡ ਵਿਖੇ ਸਰਕਲ ਕਮੇਟੀ ਦੇ ਸੱਦੇ ਤੇ ਸਰਕਲ ਪ੍ਰਧਾਨ ਸਵਿੰਦਰਪਾਲ ਸਿੰਘ ਮੋਲੋਵਾਲੀ ਦੇ ਅਗਵਾਈ ਹੇਠ ਪੈਨਸ਼ਨਰ ਐਸੋਸੀਏਸ਼ਨ ਈਸਟ ਮੰਡਲ ਅੰਮ੍ਰਿਤਸਰ ਦੀਆਂ ਚੋਣਾਂ ਕਰਵਾਈਆਂ ਗਈਆਂ। ਇਸ ਮੌਕੇ ਸਰਵ ਸਮਿਤੀ ਦੇ ਨਾਲ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਅਤੇ ਕਰਮ ਸਿੰਘ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ। ਸਕੱਤਰ ਰਾਮ ਲੁਭਾਇਆ, ਸਕੱਤਰ ਰਾਜ ਕੁਮਾਰ, ਮੱਖਣ ਸਿੰਘ ਆਜ਼ਾਦ, ਬਲਵਿੰਦਰ ਸਿੰਘ, ਸਤੀਸ਼ ਕੁਮਾਰ, ਕਰਨੈਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਮੈਂਬਰ ਇਸ ਮੌਕੇ ਮੌਜੂਦ ਸਨ। ਕਿ ਸਵਰਬਨ ਡਿਵੀਜ਼ਨ ਦੀਆਂ ਡੇਟਾਂ ਤੈਅ ਕਰਕੇ ਦਿੱਤੀਆਂ, ਜਿਹਦੀ ਕੜੀ ਵਜੋਂ ਅੱਜ ਈਸਟ ਮੰਡਲ ਅੰਮ੍ਰਿਤਸਰ ਮਜੀਠਾ ਰੋਡ ਪਾਵਰ ਕਲੋਨੀ ਵਿਖੇ ਪੈਨਸ਼ਨ ਦਾ ਵੱਡਾ ਇਕੱਠ ਕਰਕੇ ਸਰਵ ਸੰਮਤੀ ਨਾਲ 12 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ ਆ। ਇਹਦੇ ਵਿੱਚ ਜੋ ਮੁਲਾਜ਼ਮਾਂ ਨੂੰ ਪੈਨਸ਼ਨਾਂ ਨੂੰ ਮੁਸ਼ਕਲਾਂ ਆ ਰਹੀਆਂ ਨੇ ਉਹਦੇ ਬਾਰੇ ਚਰਚਾ ਕੀਤੀ ਗਈ ਆ। ਐਤਕਾਂ ਮੈਨੂੰ ਤੀਜੀ ਵਾਰ ਪ੍ਰਧਾਨ ਚੁਣਿਆ ਗਿਆ। ਪਿਛਲੇ ਸਮੇਂ 'ਚ ਜਿਹੜੀਆਂ ਕਰੋਨਾ ਕਰਕੇ ਘੱਟ ਆ ਰਹੀਆਂ, ਵੀ ਅਸੀਂ ਲੋਕਾਂ ਨੂੰ ਨਹੀਂ ਇਕੱਠੇ ਕਰ ਸਕੇ। ਆਉਣ ਵਾਲੇ ਸਮੇਂ 'ਚ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ ਅਤੇ ਜਿਹੜੇ ਸਕੇਲਾਂ ਦੀ ਗੱਲ ਆ ਉਹ ਵੀ ਅਸੀਂ ਪੰਜਾਬ ਸਰਕਾਰ ਦੇ ਵਿਰੁੱਧ ਚੱਲ ਰਹੇ ਹਾਂ, ਬਿਜਲੀ ਬੋਰਡ ਦੀ ਮੈਨੇਜਮੈਂਟ ਦੇ ਵਿਰੁੱਧ ਵੀ ਚੱਲ ਰਹੇ ਹਾਂ। ਆਉਣ ਵਾਲੇ ਸਮੇਂ 'ਚ ਲੋਕਾਂ ਦਾ ਇਕੱਠ ਕਰਕੇ ਅਸੀਂ ਇਸ ਸੰਘਰਸ਼ ਨੂੰ ਅੱਗੇ ਤੋਰਾਂਗੇ।